ओ मम्मी आ जा हुण जल्दी जे जाना नानी के छड्डे आवां तैनूं मैं होर भी काम करने आ। आ गई भी आ गई भरावा। मेरे वल की बूथा झाकदी है आ दाग ना चंगी तरह ला दी स्कूटरी खड़ी कर करके गंद पाया तेरे प्यो ने नहीं पवाइया टैलां। मम्मी ए कोई मेरी स्कूटरी है परसों जिहड़ा रसोई दे विच गलास तोड़े सी ओ मैं तोड़े सी के मेरे मुंडे ने तोड़े सीगे। मम्मी हुण घर दा काम करदे करदे थोड़ा बहुत नुकसान तां हो ही जांदा ਬੰਦਾ ਜਾਣ ਕੇ ਥੋੜੀ ਕਰਦਾ। ਤੂੰ ਜਿਹੜੇ ਹਿਸਾਬ ਨਾਲ ਨੁਕਸਾਨ ਕਰਦੀ ਹੈ ਨਾ ਭੈਣਾ ਉਹ ਤਾਂ ਤੂੰ ਸਾਡੇ ਨਾਲ ਜਾਣ ਕੇ ਪੰਗੇ ਲੈਣ ਨੂੰ ਕਰਦੀ ਹੈ। ਮੰਮੀ ਕਿਤੇ ਜਾਣਾ ਹੁੰਦਾ ਤਾਂ ਨੂੰ ਬੋਲ ਕੇ ਜਾਨੀ ਹੈ ਕਿਤੋਂ ਆਣਾ ਹੁੰਦਾ ਤਾਂ ਨੂੰ ਬੋਲਣ ਲੈ ਜਾਨੀ ਹੈ। ਆਂਢ ਗਵਾਂਢ ਕੀ ਦੇਖਦਾ ਹੋਊਗਾ ਚੁੱਪ ਕਰਕੇ ਚੱਲ ਨਾਨੀ ਕੇ ਛੱਡ ਕੇ ਆਵਾਂ ਪਿੱਛੋਂ ਕਰ ਲੂਗੀ ਘਰ ਦਾ ਕੰਮ ਅੱਗੇ ਕਰਦੀ ਹੋਈ ਹੈ। ਚੁੱਪ ਕਰ ਵੇ ਜਨਾਨੀ ਦੇ ਗੁਲਾਮ ਹਮੇਸ਼ਾ ਜਨਾਨੀ ਪਿੱਛੇ ਹੀ ਲੱਗਾ ਰਹਿੰਦਾ ਤੂੰ ਘਰ ਦਾ ਨਰਕ ਬਣਾ ਕੇ ਰੱਖ ਦਿੰਦੀ ਹੈ। 2 ਮਿੰਟ ਕਿਤੇ ਚਲੇ ਜਾਓ ਸਹੀ ਛੱਡੋ ਜੀ ਐਵੇਂ ਕਾਹਤੋਂ ਮੇਰੇ ਕਰਕੇ ਕਲੇਸ਼ ਪਾਈ ਜਾਂਦੇ ਹੋ ਤੁਸੀਂ ਜਾਓ ਆਰਾਮ ਨਾਲ। ਮੰਮੀ ਕੋਈ ਗੱਲ ਨਹੀਂ ਮੈਂ ਸਾਰਾ ਕੰਮ ਕਰਕੇ ਰੱਖੂੰਗੀ ਘਰ। ਮੇਰੇ ਆਂਦੇ ਨੇ ਰੋਟੀ ਪਾਣੀ ਬਣਿਆ ਹੋਣਾ ਚਾਹੀਦਾ ਐ ਨਾ ਆਵੇ ਕਿ ਪੋਚਾ ਹੀ ਇੱਥੇ ਰਗੜਦੀ ਫਿਰੇ। ਕੋਈ ਨਾ ਮੰਮੀ ਮੈਂ ਸਾਰਾ ਕੁਝ ਬਣਾ ਦਾਂਗੀ ਤੁਸੀਂ ਜਾਇਓ ਆਰਾਮ ਨਾਲ। ਆ ਜਾ ਮਾਤਾ ਆ ਜਾ ਬਹਿ ਜਾ ਮਗਰੀ ਪਈ ਰਹਿਣੀ 24 ਘੰਟੇ ਨੂੰ ਹੋਵੇ। ਚੱਲ ਵੇ ਮੰਮੀ ਵਿਆਹ ਹੋਏ ਨੂੰ ਨਾ ਮੇਰੇ 5 ਸਾਲ ਹੋ ਗਏ ਨੇ 5 ਸਾਲਾਂ ਦੇ ਵਿੱਚ ਨਾ ਤੂੰ ਰੋਜ਼ 50 ਵਾਰ ਉਹਦੇ ਮਗਰ ਪੈਂਦੀ ਹੈ ਚੰਗਾ ਲੱਗਦਾ ਬਗਾਨੇ ਘਰੋਂ ਆਈ ਅਗਲੀ। ਚੱਲ ਵੇ ਚੱਲ ਤੂੰ ਬਹੁਤ ਆਣਾ ਮੇਰੀ ਮੱਥਾ ਮਾਰਿਆ ਕਰ ਜਨਾਨੀ ਨਾਲ ਛੱਡਣਾ ਹੈ ਛੱਡ ਨਹੀਂ ਤਾਂ ਮੈਂ ਆਟੋ ਦੇ ਵੱਗ ਜਾਣਾ। ਚੱਲ ਹੁਣ ਜਲਦੀ ਮੱਥਾ ਨਾ ਮਾਰ ਮੇਰੇ ਨਾਲ। ਹੋਰ ਮੰਮੀ ਐਡੀ ਠੰਡ ਹੈ ਤੂੰ ਬਾਹਰ ਬੈਠੀ ਹੈ ਅੰਦਰ ਬਹਿ ਜਾ। ਭੈਣਾ 4 ਦਿਨ ਹੋ ਗਏ ਲੈਟ ਹੀ ਹੈ ਨਹੀਂ ਬਾਹਰ ਨਾ ਬੈਠਾ ਤੇ ਅੰਦਰ ਕੀ ਜਾਵਾਂ ਹਨੇਰੇ ਚ। ਅੱਛਾ ਲੈਟ ਨਹੀਂ ਹੈਗੀ ਤੇ ਭਰਜਾਈ ਅੰਦਰ ਬੈਠੀ ਹਨੇਰੇ ਚ ਕੀ ਕਰਦੀ ਇਹਨੂੰ ਬਾਹਰ ਮਿਲਾ ਲੈ। ਕੀ ਦੱਸਾਂ ਬਿੱਟੀ ਤੇਰੇ ਭਰਾ ਭਰਜਾਈ ਇੱਥੇ ਨਹੀਂ ਰਹਿੰਦੇ ਉਹ ਕਿਰਾਏ ਦੇ ਚਲੇ ਗਏ ਨੇ। ਨਾ ਇਹ ਉਮਰੇ ਉਹਨਾਂ ਨੂੰ ਕਿਰਾਏ ਤੇ ਜਾਣ ਦੀ ਕੀ ਲੋੜ ਪੈ ਗਈ ਸੀ ਕੀ ਹੋਇਆ। ਮੇਰੀਆਂ ਹੀ ਗਲਤੀਆਂ ਨੇ ਮੈਂ ਅੱਜ ਤੱਕ ਸ਼ੁਰੂ ਤੋਂ ਲੈ ਕੇ ਉਹਨੂੰ ਤੰਗ ਕਰਦੀ ਆਈ ਹਾਂ ਤੇ ਅੱਕ ਤੇ ਅਖੀਰ ਕਿਰਾਏ ਦੇ ਚਲੀ ਗਈ ਏ। ਤੇਰੇ ਭਰਾ ਨੇ ਮੈਨੂੰ ਕਿੰਨੇ ਵਾਰੀ ਕਿਹਾ ਮਾਤਾ ਟੋਕਾ ਪਾਈ ਨਾ ਕਰਿਆ ਕਰ ਨਾ ਕਰਿਆ ਕਰ ਪਰ ਕੀ ਕਰਾਂ ਸਿਆਣੇ ਬੰਦੇ ਦੀ ਆਦਤ ਹੈ ਜਿਹੜੀ ਉਹ ਜਾਂਦੀ ਨਹੀਂ। ਚਲ ਕੋਈ ਨਹੀਂ ਮੰਮੀ ਮੈਂ ਕਰਦੀ ਹਾਂ ਭਰਾ ਨੂੰ ਫੋਨ ਤੇ ਉਹਨੂੰ ਬੈਠ ਕੇ ਸਮਝਾਨੀ ਆ। ਦੇਖ ਬਿੱਟੀ ਤੇਰੀ ਉਮਰ ਤਾਂ ਇੰਨੀ ਹੈ ਨਹੀਂ ਜੀ ਤੂੰ ਆਪਣੀ ਨੂੰਹਾਂ ਨੂੰ ਟੋਕਾ ਪਾਈ ਨਾ ਕਰਿਆ ਕਰ ਉਹਨੂੰ ਆਪਣੀ ਧੀਆਂ ਨਾਲ ਵੱਧ ਸਮਝਿਆ ਕਰ। ਮੰਮੀ ਟੋਕਾ ਪਾਈ ਕਰਕੇ ਨਾ ਐਸੇ ਹੀ ਚੱਲਦੀਆਂ ਨੇ ਤੇ ਇੱਦਾਂ ਦੀਆਂ ਸਿਰ ਤੇ ਚੜ ਜਾਣਗੀਆਂ। ਪੁੱਤ ਜੇ ਤੂੰ ਵਡੇਪਾ ਨਗਾਉਣਾ ਹੈ ਨਾ ਤੇ ਨੂੰਹ ਨਾਲ ਬਣ ਕੇ ਰਿਹਾ ਕਰ ਨਹੀਂ ਤਾਂ ਮੇਰੇ ਵਾਂਗਰ ਔਖਾ ਹੋਣਾ ਪਿਆ ਗਿਆ। ਪੁੱਤ ਇਸ ਟਾਈਮ ਤਾਂ ਨੂੰਹਾਂ ਸੁਣ ਲੈਂਦੀਆਂ ਨੇ ਜਦੋਂ ਵਡੇਪਾ ਆਉਂਦਾ ਉਦੋਂ ਸਭ ਤੰਗ ਕਰਦੀਆਂ ਨੇ। ਬਿੱਟੀ ਤੂੰ ਏਦਾਂ ਦਾ ਫਿਰ ਕੁਛ ਨਾ ਕਰੀ। ਉਹ ਤਾਂ ਹੈ ਹੀ ਜਿੱਦਾਂ ਦਾ ਬੀਜਾਂਗੇ ਓਦਾਂ ਦਾ ਵੱਢਾਂਗੇ। ਤੇਰੇ ਮਗਰ ਲੱਗ ਕੇ ਨਾ ਮੰਮੀ ਮੈਂ ਵੀ ਆਪਣੀ ਨੂੰਹ ਨੂੰ ਬੜਾ ਤੰਗ ਕਰਦੀ ਸੀ ਪਰ ਹੁਣ ਮੈਂ ਏਦਾਂ ਦਾ ਕੁਛ ਨਹੀਂ ਕਰਾਂਗੀ। ਸੋ ਜਾ ਬਾਬੂ ਸੋ ਜਾ ਸਾਰਾ ਕੰਮ ਕਰਕੇ ਮੈਂ ਥੱਕ ਗਈ ਉੱਪਰ ਵੀ ਨੀਚੇ ਵੀ ਹਰੇ ਸਬਜ਼ੀ ਬਣਾਉਣੀ ਹੈ ਰੋਟੀ ਬਣਾਉਣੀ ਹੈ ਫਿਰ ਦਾਦੀ ਆਜੂਗੇ ਤੇਰੇ ਪਤਾ ਲੱਗੂ ਨਹੀਂ ਬਣਿਆ ਫਿਰ ਬੋਲੂਗੇ ਮੈਨੂੰ ਹੈ ਨਾ ਹਾਲੇ ਰੋਟੀ ਵੀ ਨਹੀਂ ਖਾਧੀ ਹੈਗੀ ਮੈਂ ਤਾਂ ਸਵੇਰ ਦੀ। ਸੋ ਜਾ ਮੇਰਾ ਪੁੱਤ ਸੋਏਗਾ ਤਾਂ ਹੀ ਸਾਰਾ ਕੰਮ ਹੋਊਗਾ। ਮੰਮੀ ਆ ਗਏ ਤੁਸੀਂ? ਹਾਂ ਰੋਟੀ ਪਾਣੀ ਬਣੀ ਕਿ ਨਹੀਂ ਬਣੀ? ਮੰਮੀ ਸਾਰਾ ਕੰਮ ਹੋ ਗਿਆ ਦੇਖੋ ਤੁਹਾਡਾ ਕਮਰਾ ਵੀ ਸਵਾਰਤਾ ਪਤਾ ਕੀ ਟਿਕਦੀ ਨਹੀਂ ਸੀ ਪਈ ਬਸ ਰੋਟੀ ਪਾਣੀ ਹੀ ਰਹਿ ਗਿਆ ਤੁਸੀਂ ਇਹਨੂੰ ਫੜ ਲਓ ਮੈਂ ਫਟਾਫਟ ਨਿਬੇੜ ਲਵਾਂ। ਚੱਲ ਕੋਈ ਗੱਲ ਨਹੀਂ ਪੁੱਤ ਤੂੰ ਕੁੜੀ ਨੂੰ ਸਾਂਭ ਮੈਂ ਬਣਾ ਦਿੰਦੀ ਅੱਜ ਰੋਟੀ। ਕੀ ਹੋ ਗਿਆ ਕਹਿੰਦੇ ਮੈਂ ਬਣਾ ਦਿੰਦੀ ਹਾਂ ਰੋਟੀ। ਮੰਮੀ ਕੀ ਹੋਇਆ ਬੜੇ ਤੁਸੀਂ ਬਦਲੇ ਬਦਲੇ ਲੱਗਦੇ ਪਏ ਹੋ। ਪੁੱਤ ਬਦਲਣਾ ਹੀ ਪੈਂਦਾ ਹਾਲਾਤਾਂ ਦੇ ਨਾਲ ਜੇ ਸਾਰੀ ਉਮਰ ਬੰਦਾ ਉਦਾਂ ਦਾ ਹੀ ਰਹਿ ਜਾਵੇ ਨਾ ਫਿਰ ਅੱਗੇ ਜਾ ਕੇ ਮੁਸ਼ਕਲ ਹੁੰਦੀ ਹੈ। ਮੰਮੀ ਮੈਂ ਸਮਝੀ ਨਹੀਂ ਕੀ ਕਹਿ ਰਹੇ ਹੋ ਤੁਸੀਂ।
ਜਿੱਦਾਂ ਪੁੱਤ ਮੈਂ ਤੈਨੂੰ ਤੰਗ ਕਰਦੀ ਸੀਗੀ ਨਾ ਐਦਾਂ ਮੇਰੀ ਮੰਮੀ ਵੀ ਮੇਰੀ ਭਰਜਾਈ ਨੂੰ ਤੰਗ ਕਰਦੀ ਸੀ ਤੇ ਇਸ ਉਮਰੇ ਮੇਰੀ ਮੰਮੀ ਨੂੰ ਛੱਡ ਕੇ ਮੇਰਾ ਭਰਾ ਭਰਜਾਈ ਨਾ ਕਿਰਾਏ ਤੇ ਚਲੇ ਗਏ ਨੇ ਤੇ ਕਿੰਨਾ ਔਖਾ ਹੈ ਪੁੱਤ ਮੈਂ ਨਹੀਂ ਚਾਹੁੰਦੀ ਵੀ ਹੁਣ ਮੈਂ ਤੈਨੂੰ ਤੰਗ ਕਰਾਂ ਤੇ ਤੂੰ ਬੁਢਾਪੇ ਵੇਲੇ ਤੂੰ ਤੇ ਮੇਰਾ ਮੁੰਡਾ ਮੈਨੂੰ ਛੱਡ ਕੇ ਚਲੇ ਜਾਵੋ ਮੇਰੀ ਮਾਂ ਨੂੰ ਦੇਖ ਕੇ ਨਾ ਮੈਨੂੰ ਬੜੀ ਅਕਲ ਆ ਗਈ ਕਿ ਕਿੰਨੀ ਔਖੀ ਹੋ ਰਹੀ ਹੈ ਉਹ ਚੱਲ ਮੰਮੀ ਨਾਨੀ ਦੇ ਬਹਾਨੇ ਸਹੀ ਤੈਨੂੰ ਅਕਲ ਤਾਂ ਆਈ ਨਾ हां पुत बंदा गलत चीजा भी अपने मां प्यो को सीखता है ते चंगी चीजा भी अपने मां प्यो को सीखता है ते मैं ना हुण चंगी चीज सीख के आई हां।